ਜਲੰਧਰ 'ਚ ਸਥਿਤ ਸੂਬੇ ਦੇ ਸਭ ਤੋਂ ਵੱਡੇ GST ਦਫ਼ਤਰ ਦੀ 5ਵੀਂ ਮੰਜ਼ਿਲ 'ਤੇ ਬੁੱਧਵਾਰ ਸਵੇਰੇ 11 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਫਿਲਹਾਲ ਅੱਗ ਲੱਗਣ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਹੈ। ਜਲੰਧਰ ਦੇ GST ਭਵਨ ਵਿੱਚ ਅੱਗ ਲੱਗਣ ਕਾਰਨ ਪੂਰੇ ਪੰਜਾਬ ਦਾ ਵੱਡੀ ਮਾਤਰਾ ਵਿੱਚ ਰਿਕਾਰਡ ਸੜ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। GST ਭਵਨ ਵਿੱਚ ਤਾਇਨਤ ਮੁਲਾਜ਼ਮ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਆਮ ਵਾਂਗ ਕੰਮ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਸੜਨ ਦੀ ਤੇਜ਼ ਬਦਬੂ ਆਉਣ ਲੱਗੀ। ਕਰਮਚਾਰੀਆਂ ਨੂੰ ਤੁਰੰਤ ਪਾਸੇ ਕਰ ਦਿੱਤਾ ਗਿਆ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਇਮਾਰਤ ਵਿੱਚ ਤਾਇਨਤ ਪੁਲਿਸ ਮੁਲਾਜ਼ਮਾਂ ਨੇ ਜਦੋਂ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਅੱਗ ਲੱਗਣ ਦਾ ਪਤਾ ਲੱਗਾ, ਜਿਸ ਤੋਂ ਬਾਅਦ ਪੂਰੀ ਮੰਜ਼ਿਲ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮਾਂ ਦੇ ਹਥਿਆਰ ਵੀ ਤੁਰੰਤ ਬਾਹਰ ਕੱਢ ਲਏ ਗਏ। ਫਾਇਰ ਬ੍ਰਿਗੇਡ ਦੀਆਂ ਕਰੀਬ 10 ਗੱਡੀਆਂ ਦੀ ਮਦਦ ਨਾਲ ਅੱਗ ਤੇ ਲਗਭਗ ਕਾਬੂ ਪਾ ਲਿਆ ਗਿਆ, ਪਰ ਅਜੇ ਵੀ ਥੋੜੀ ਜਿਹੀ ਅੱਗ ਹੈ। ਜਲੰਧਰ ਤੋਂ ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਅਜੇ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਦਾ ਪਤਾ ਲੱਗਿਆ ਹੈਗਾ ਸੀ ਇਹ ਜੀ, ਧੂਆਂ ਪਹਿਲਾਂ ਥੋੜੀ ਸਮੈਲ ਆਈ ਵੀ ਬਿਲਡਿੰਗ ਦੇ ਵਿੱਚ ਸਮੈਲ ਆ ਰਹੀ ਆ ਜੀ, ਕੀ ਹੋ ਸਕਦਾ ਜੀ? ਪੁਲਿਸ ਮੁਲਾਜ਼ਮ ਸੀ ਵੀ ਇੱਥੇ ਆਪਣੇ ਉੱਪਰਲੇ ਟੌਪ ਤੇ ਰਹਿੰਦੇ ਆ ਜੀ, ਉਹਨਾਂ ਨੇ ਮਿੰਟੋ ਮਿੰਟ ਹੀ ਬਿਲਡਿੰਗਾਂ ਦੇ ਵਿੱਚ ਘੁੰਮੇ ਵੀ ਕੀ ਗੱਲ ਹੋ ਗਈ ਆ ਜੀ। ਉਹਨਾਂ ਨੂੰ ਪਤਾ ਲੱਗਾ ਵੀ ਧੂਆਂ ਹੋ ਗਿਆ, ਫਿਰ ਉਹਨਾਂ ਨੇ ਇਹਨਾਂ ਦੇ ਸੀਨੀਅਰ ਅਧਿਕਾਰੀਆਂ ਦੇ ਆਬਕਾਰੀ ਵਿਭਾਗ ਵਾਲਿਆਂ ਨੂੰ ਦੱਸਿਆ ਸੀ ਬਿਲਡਿੰਗ ਜਿਹੜੀ ਮਿੰਟੋ ਮਿੰਟ ਹੀ ਖਾਲੀ ਕਰਾਈ ਜੀ, ਗੱਡੀਆਂ ਵਗੈਰਾ ਖੜੀਆਂ ਸੀਗੀਆਂ, ਗੱਡੀਆਂ ਬਾਹਰ ਬੇਸਮੈਂਟ ਤੋਂ ਕਢਾਈਆਂ ਗਈਆਂ ਜੀ। ਕੋਈ ਜਾਨੀ ਮਲਬਤਾਂ ਤੇ ਨੁਕਸਾਨ ਹੈਗਾ ਮੇਰੇ ਦਾਦਾ ਉਹ ਲੱਗ ਲੱਗੇ ਕਰਮ, ਪਰ ਪਰਮਾਤਮਾ ਸੁਖਾ ਕੋਈ ਇਹੋ ਜਿਹੀ ਜਾਨ ਮਾਲ ਨਹੀਂ ਹੋਈ। ਉਹਦੇ ਮੁਲਾਜ਼ਮ ਦਾ ਅਸਲਾ ਵੀ ਸੀਗਾ, ਅਸਲੇ ਨੂੰ ਕੱਢ ਕੇ ਲਿਆਂਦਾ ਗਿਆ ਵਾ ਜੀ, ਵੀ ਬਾਕੀ ਸੁਰੱਖਿਅਤ ਤੇ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਖੱਦਿਆ ਗਿਆ ਵਾ, ਜੋ ਕਿ ਮਿੰਟੋ ਮਿੰਟ ਹੀ ਬਿਲਡਿੰਗਾਂ ਦੇ ਵਿੱਚ ਘੁੰਮੇ ਵੀ ਕੀ ਗੱਲ ਹੋ ਗਈ ਆ ਜੀ। ਉਹਨਾਂ ਨੂੰ ਪਤਾ ਲੱਗਾ ਵੀ ਧੂਆਂ ਹੋ ਗਿਆ, ਫਿਰ ਉਹਨਾਂ ਨੇ ਇਹਨਾਂ ਦੇ ਸੀਨੀਅਰ ਅਧਿਕਾਰੀਆਂ ਦੇ ਆਬਕਾਰੀ ਵਿਭਾਗ ਵਾਲਿਆਂ ਨੂੰ ਦੱਸਿਆ ਸੀ ਵੀ ਆਹ ਚੀਜ਼ ਆ, ਫਿਰ ਪੂਰੀ ਜਿੰਨੇ ਬਿਲਡਿੰਗ ਦੇ ਵਿੱਚ ਸਟਾਫ ਆ ਉਹਨਾਂ ਨੂੰ ਮਤਲਬ ਬਿਲਡਿੰਗ ਜਿਹੜੀ ਆ ਮਿੰਟੋ ਮਿੰਟ ਹੀ ਖਾਲੀ ਕਰਾਈ ਗਈ, ਲਾਗੇ ਗੱਡੀਆਂ ਵਗੈਰਾ ਖੜੀਆਂ ਸੀਗੀਆਂ ਅਤੇ ਗੱਡੀਆਂ ਬਾਹਰ ਬੇਸਮੈਂਟ ਤੋਂ ਕਢਾਈਆਂ ਗਈਆਂ ਜੀ। ਕੋਈ ਜਾਨੀ ਮੰਨ ਲਓ ਉੱਦਾਂ ਤਾਂ ਨੁਕਸਾਨ ਹੈਗਾ ਵਾ ਬਿਲਡਿੰਗ ਦੇ ਰਿਕਾਰਡ ਦਾ, ਬਹੁਤ ਜ਼ਿਆਦਾ ਅੱਗ ਲੱਗ ਗਈ ਇੱਕਦਮ, ਪਰ ਪਰਮਾਤਮਾ ਦਾ ਸ਼ੁਕਰ ਆ ਵੀ ਕੋਈ ਇਹੋ ਜਿਹੀ ਜਾਨ ਮਾਲ ਦੀ ਨਹੀਂ ਹੋਈ। ਉੱਤੇ ਜਿਹੜੇ ਮੁਲਾਜ਼ਮ ਸੀ ਉਹਨਾਂ ਦਾ ਅਸਲਾ ਵੀ ਸੀਗਾ, ਅਸਲੇ ਨੂੰ ਤੁਰੰਤ ਬਾਹਰ ਕੱਢਿਆ ਗਿਆ ਵਾ, ਲਿਆਂਦਾ ਗਿਆ ਵਾ ਵੀ ਬਾਕੀ ਸੁਰੱਖਿਅਤ, ਅਤੇ ਮੌਕੇ 'ਤੇ ਫਾਇਰ ਬ੍ਰਿਗੇਡ ਨੂੰ ਸੱਦਿਆ ਗਿਆ ਵਾ, ਜੋ ਕਿ ਬਹੁਤ ਤੁਰੰਤ ਹੀ ਚੰਦ ਹੀ ਮਿੰਟਾਂ ਦੇ ਵਿੱਚ ਫਾਇਰ ਬ੍ਰਿਗੇਡ ਆ ਗਈ ਆ ਹੁਣ, ਅਤੇ ਉਹ ਅੱਗ 'ਤੇ ਕਾਬੂ ਪਾਇਆ ਜਾ ਰਿਹਾ, ਪਰ ਅੱਗ ਜ਼ਿਆਦਾ ਹੋਣ ਕਰਕੇ ਇਹ ਕੁਝ ਟਾਈਮ ਲੱਗੂਗਾ ਜੀ। ਜਦੋਂ ਅੱਗ ਲੱਗੀ ਉੱਪਰ ਲੱਗੀ ਹੈ, ਅੱਗ ਦਾ ਕਾਰਨ ਪਤਾ ਲੱਗਿਆ? ਅੱਗ ਦਾ ਹਜੇ ਕੋਈ ਨਹੀਂ ਮੰਨ ਲਓ ਪਤਾ ਲੱਗਾ, ਸਿਰਫ ਧੂੰਆਂ ਨਿਕਲਿਆ, ਹੋ ਸਕਦਾ ਵੀ ਸ਼ਾਰਟ ਸਰਕਟ ਹੋਇਆ ਹੋਵੇ। ਕਿੱਦਾਂ ਅੱਗ 5ਵੇਂ ਫਲੋਰ ਤੇ ਲੱਗੀ ਹੋਈ ਹੈ, ਅੱਗ ਦੇ ਰਾਹ ਵੀ ਜਿਹੜਾ ਨਹੀਂ ਮਿਲਦਾ ਪਿਆ ਹੈਗਾ? ਰਾਹ ਇੱਦਾਂ ਦੀ ਇਹਦੀ ਜਿਹੜੀ ਹੈਗਾ ਵਾ ਪੌੜੀਆਂ ਜ਼ਰੀਆ ਹੈਗਾ ਵਾ ਇੱਕ, ਅਤੇ ਪੌੜੀਆਂ ਦੇ ਬਾਕੀ ਜਿਹੜੀ ਬਿਲਡਿੰਗ ਆ ਇਹਦੇ ਬਿਲਡਿੰਗ ਦੇ ਚਾਰ ਸਪਰੇ ਗੈਲਰੀ ਆ, ਅਤੇ ਜਿੱਧਰਲੇ ਪਾਸੇ ਗੈਲਰੀ ਉਹ ਤੋਂ ਦੂਸਰੇ ਪਾਸੇ ਦੀ ਕੋਈ ਰਸਤਾ ਹੈ ਨਹੀਂ ਗਾ ਹੋਰ ਇਲਾਵਾ ਇਸ ਤੋਂ, ਜੋ ਗੈਲਰੀ ਹੋਣ ਕਰਕੇ ਵੀ ਪ੍ਰੋਪਰ ਪਹਿਲਾਂ ਅੱਗ ਦੇ ਕਾਬੂ ਹੈ ਬੇਟ ਦੀ, ਉੱਥੇ ਤੱਕ ਪਾਈਪਾਂ ਨਹੀਂ। ਸਰ ਜਾਨੀ ਨੁਕਸਾਨ ਹੋਇਆ? ਨਹੀਂ ਕੋਈ ਜਾਨੀ ਨੁਕਸਾਨ ਕੋਈ। ਪਾਰਟੀਕੁਲਰ ਰਿਕਾਰਡ ਰੂਮ ਹੈ ਜਾਂ ਉਹਦਾ ਸਟੋਰ ਰੂਮ ਬਣਾਇਆ ਗਿਆ? ਹਾਂਜੀ ਪਾਰਟੀਕੁਲਰ ਰਿਕਾਰਡ ਰੂਮ ਹੈ ਤੁਹਾਡਾ ਸਾਰਾ? ਸਰ ਅਸੀਂ ਅਤੇ ਆਪਣੇ ਸੇਠੀ ਕੰਪਲੈਕਸ 'ਚ ਅੱਗ ਲੱਗੀ ਸੀ ਜਿਹੜੀ ਸਵੇਰ ਦੀ, ਉਹਨੂੰ ਕੰਟਰੋਲ ਕਰ ਰਹੇ ਸੀ ਉੱਥੇ ਹੀ, ਜਿਸ ਤਰ੍ਹਾਂ ਹੀ ਆਪਣੇ ਜੁਆਇੰਟ ਕਮਿਸ਼ਨਰ ਸਾਹਿਬ ਦਾ, ਕਮਿਸ਼ਨਰ ਸਾਹਿਬ ਦਾ, ADC ਸਾਹਿਬ ਦਾ, SDM ਸਾਹਿਬ ਦਾ ਫੋਨ ਆਇਆ ਵੀ GST ਭਵਨ ਦੇ, ਲੇਕਿਨ ਉਦੋਂ ਪਹਿਲਾਂ ਸਾਨੂੰ ਕਾਲ ਆ ਚੁੱਕੀ ਸੀ ਵੀ ਪਾਸਪੋਰਟ ਦਫ਼ਤਰ ਦੇ ਲਾਗੇ ਅੱਗ ਲੱਗੀ ਹੈ, ਸਾਡੀਆਂ ਗੱਡੀਆਂ ਇੱਥੇ ਪਹੁੰਚ ਚੁੱਕੀਆਂ, ਪਰ ਆਪਾਂ ਕਨਫਿਊਜ਼ ਥੋੜ੍ਹੇ ਟਾਈਮ ਲਈ, ਮੈਂ ਹੋ ਗਿਆ ਸੀ, ਗੱਡੀਆਂ ਸਾਡੀਆਂ ਵਰਕ ਕਰ ਰਹੀਆਂ ਸੀ ਵੀ GST ਭਵਨ ਦੇ ਵਿੱਚ ਕਿਤੇ ਅੱਗ ਹੋਰ ਤਾਂ ਨਹੀਂ ਲੱਗੇ, ਲੇਕਿਨ ਆ ਕੇ ਮੌਕੇ ਦੇਖਿਆ ਉਹੀ ਅੱਗ ਸੀ, ਜੋ ਪਾਸਪੋਰਟ ਦਫ਼ਤਰ ਦੇ ਲਾਗੇ ਲਾਗੇ ਹੋਣ ਕਰਕੇ ਕਨਫਿਊਜ਼ ਹੋ ਜਾਂਦੇ ਆ, ਅੱਗ ਇਹ ਸਾਡੀ ਕੰਟਰੋਲ ਹੋ ਜਾਏਗੀ ਲਗਭਗ, ਅਸੀਂ ਗੱਡੀਆਂ ਸਾਨੂੰ ਲੋੜ ਪੈਣ 'ਤੇ ਸਾਨੂੰ ਜਿਸ ਤਰ੍ਹਾਂ
ਆਪਣਾ ਟੈਂਪਰੇਚਰ ਵੱਧ ਰਿਹਾ ਸੀ ਨਾ, ਉਸ ਹਿਸਾਬ ਨਾਲ ਲੱਗਦਾ ਮੈਂ ਲੁਧਿਆਣੇ ਤੋਂ ਵੀ 2 ਟੈਂਕਰ ਮੰਗਵਾ ਲਏ ਨੇ, ਲੇਕਿਨ ਸਾਨੂੰ ਉਹਦੀ ਲੋੜ ਨਹੀਂ ਪੈਣੀ। ਕਿਹੜੀ ਜਗ੍ਹਾ 'ਤੇ ਲੱਗੇ? ਕਿੰਨਵੀਂ ਮੰਜ਼ਿਲ 'ਤੇ? ਇਹ ਸਰ 5ਵਾਂ ਫਲੋਰ ਹੈਗਾ, GST ਭਵਨ ਹੈਗਾ। ਇਹਦੇ ਵਿੱਚ ਮੇਰੇ ਖਿਆਲ ਆਫਿਸ ਏਰੀਆ ਹੀ ਆ, ਬਹੁਤਾ ਨਹੀਂ ਹੈ ਮੇਰੇ ਖਿਆਲ, ਕੋਈ ਇੰਡਸਟਰੀ ਵਗੈਰਾ ਨਹੀਂ, ਆਫਿਸ ਏਰੀਆ ਹੀ ਲੱਗਦਾ ਹੈਗਾ। ਬਾਕੀ ਅਸੀਂ ਅੰਦਰ ਜਾ ਕੇ ਨਾ ਪੁੱਛ ਗਿੱਛ ਕੀਤੀ, ਨਾ ਸਾਨੂੰ ਸਰ ਨਹੀਂ ਅਜੇ ਤੱਕ ਅੰਦਰ ਨਹੀਂ ਨਹੀਂ ਗੱਡੀਆਂ ਦੀ ਕੋਈ ਐਂਟਰੀ ਨਹੀਂ, ਕੋਈ ਗਿਣਤੀ ਨਹੀਂ ਹੈ। ਗੱਡੀਆਂ ਜਿਹੜੀਆਂ ਹੋਣਗੀਆਂ ਖਾਲੀ ਭਰ ਕੇ ਰਿਲਾਇੰਸ ਮੋਲ ਤੋਂ, ਇੱਧਰੋਂ MBD ਮੋਲ ਤੋਂ, ਜਾਂ ਇੱਥੋਂ ਬੱਸ ਸਟੈਂਡ ਤੋਂ, ਜਿੱਥੋਂ ਵੀ ਆਪਾਂ ਭਰ ਭਰ ਕੇ ਲਈ ਆ ਰਹੇ ਹਾਂ। ਕੋਈ ਗੱਲ ਨਹੀਂ, ਗੱਡੀਆਂ ਜਿੰਨੀਆਂ ਵੀ ਲੱਗਣਾ ਆ ਕੰਟਰੋਲ ਕਰਨਾ, ਬਚਾਉਣਾ ਅੱਗ ਨੂੰ, ਦੋਵੇਂ ਪਾਸੇ ਆਪਾਂ ਐਂਟਰੀ ਕਰਕੇ ਕੰਟਰੋਲ ਕਰ ਲਿਆ, ਲੇਕਿਨ ਅਜੇ ਤੱਕ ਸਾਡੀ ਉੱਪਰਲੇ ਫਲੋਰ 'ਚ ਪੂਰੀ ਐਂਟਰੀ ਬਾਕੀ ਹੈਗੀ।